ਤੇ ਹੁਣ ਪੂਸਾ 44 ਵਾਰ ਮੈਂ ਤੁਹਾਨੂੰ ਕਹਿਣਾ ਇਹਨੂੰ ਬੀਜੋ ਹੀ ਨਾ, ਕਿਉਂਕਿ ਹੁਣ ਪਨੀਰੀਆਂ ਲਾਉਣੀਆਂ ਨੇ, ਪੂਸਾ 44 ਨਾ ਬੀਜੋ। ਜੇ ਕਿਸੇ ਦੇ ਘਰੇ ਬੀ ਪਿਆ, ਕਿਰਪਾ ਕਰਕੇ ਉਹਦੀ ਥਾਂ ਤੇ PR 126 ਲਾਓ, 27 ਲਾਓ, 28 ਲਾਓ, 29 ਲਾਓ। ਇੱਕ ਇੱਕ ਦਾਣਾ ਚੱਕੂਗਾ, ਇੱਕ ਇੱਕ ਦਾਣਾ ਚੱਕੂਗਾ। ਡਾਲਾ ਖੋਲਣ ਤੋਂ ਬਾਅਦ ਟਰਾਲੀ ਘਰੇ ਪਹੁੰਚੂਗੀ ਤਾਂ ਤੁਹਾਡੇ ਬੈਂਕ 'ਚ ਖਾਤੇ 'ਚ ਪੈਸੇ ਆ ਜਾਣਗੇ, ਇਹ ਵੀ ਮੈਂ ਵਾਅਦਾ ਕਰਾਂ। ਪੂਸਾ 44 ਦੀ ਮੈਂ ਪਿਛਲੇ ਵਾਰ ਬੇਨਤੀ ਕੀਤੀ ਸੀ ਕਿ ਇਹਨੂੰ ਨਾ ਲਾਓ, ਇਹ 152 ਤੋਂ 155 ਦਿਨ ਲੈਂਦੀ ਹੈ ਪੱਕਣ ਨੂੰ। ਇਹਦੀ ਥਾਂ 'ਤੇ PR 126 ਲਾਓ, ਸਰਕਾਰ ਚੱਕੂਗੀ। PR 127 ਲਾਓ, 28 ਲਾਓ, 29, 30, 4 ਕਿਸਮਾਂ ਕੱਢੀਆਂ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ, ਉਹ 92 ਦਿਨਾਂ 'ਚ ਪੱਕਦੀਆਂ ਨੇ, 90 ਤੋਂ 92 ਦਿਨਾਂ 'ਚ। ਵੀਰੋ 33% ਲੋਕਾਂ ਨੇ ਮੇਰੀ ਬੇਨਤੀ ਮੰਨਦੇ ਹੋਏ ਪੂਸਾ ਦੀ ਥਾਂ 'ਤੇ 126 ਲਾਈ ਔਰ 126 ਦਾ ਇੱਕ ਇੱਕ ਦਾਣਾ ਚੱਕਿਆ। ਤਾਂ ਅੰਗਰੇਜ਼ੀ ਦੇ ਅਖ਼ਬਾਰ ਨੇ, ਟਾਈਮਸ ਆਫ ਇੰਡੀਆ ਸਾਰੇ ਦੇਸ਼ 'ਚ ਬਹੁਤ ਜ਼ਿਆਦਾ ਵੱਡਾ ਅਖ਼ਬਾਰ ਹੈ, ਉਹਨੇ ਫਰੰਟ ਪੇਜ 'ਤੇ ਲਾਇਆ ਕਿ ਭਗਵੰਤ ਮਾਨ ਦੀ ਇੱਕ ਬੇਨਤੀ ਨਾਲ ਬਿਜਲੀ ਬੋਰਡ ਦਾ 470 ਕਰੋੜ ਰੁਪਇਆ ਬਚ ਗਿਆ। 5 ਬਿਲੀਅਨ ਕਿਊਬਿਕ ਮੀਟ੍ਰਿਕ ਪਾਣੀ ਧਰਤੀ ਦੇ ਵਿੱਚ ਬਚ ਗਿਆ ਵੀਰੋ, ਇੰਨਾ ਫਾਇਦਾ ਹੋ ਗਿਆ। ਕੱਸੀਆਂ ਦਾ ਪਾਣੀ, ਸੂਇਆਂ ਦਾ ਪਾਣੀ, ਰਜਵਾਹਿਆਂ ਦਾ ਪਾਣੀ ਲੱਗ ਗਿਆ ਪਹੁੰਚਣ, ਪਿੰਡਾਂ 'ਚ ਆਉਣ ਲੱਗ ਗਿਆ ਪਾਣੀ। ਮੈਂ ਵੀ ਪਹਿਲਾਂ ਕਿਹਾ, ਮੈਂ ਕਿਹਾ ਸਾਡੇ ਪਿੰਡ ਜਿਹੜੀ ਕੱਸੀ ਹੁੰਦੀ ਸੀ, ਜਿਹੜੀ ਕੱਸੀ 'ਚ ਨਹਾਉਂਦੇ ਹੁੰਦੇ ਸੀ, ਮੈਂ ਅਫਸਰਾਂ ਨੂੰ ਕਿਹਾ, ਮੇਰੀ ਮਾਂ, ਮੇਰੀਆਂ ਚਾਚੀਆਂ, ਤਾਈਆਂ ਉੱਥੇ ਥਾਪੀ ਨਾਲ ਕੱਪੜੇ ਧੋਂਦੀਆਂ ਹੁੰਦੀਆਂ ਸੀ, ਅਸੀਂ ਕੱਸੀ 'ਚ ਨਹਾਉਂਦੇ ਹੁੰਦੇ ਸੀ, ਉਹ ਕਿੱਧਰ ਗਈਆਂ? ਕਹਿੰਦੇ ਜੀ ਉਹ ਤੋਂ ਪਤਾ ਨਹੀਂ, ਗਾਇਬ ਹੋ ਗਏ। ਮੈਂ ਕਿੱਧਰ ਗਈਆਂ? ਲੱਭੋ ਕੱਸੀਆਂ, ਲੱਭੀਆਂ, ਉਹਨ ਥਾਂ 'ਤੇ ਪਾਈਪਾਂ ਪਾਤੀਆਂ ਥੱਲੋਂ ਦੀ। ਮੈਂ ਕਿਹਾ ਸ਼ੇਰੋਂ ਵਾਲਾ ਸੂਆ ਚੀਮਿਆਂ ਵਿੱਚ ਦੀ ਲੰਘਦਾ, ਉਹ ਕਿੱਧਰ ਗਿਆ ਯਾਰ? ਕਹਿੰਦੇ ਉਹ ਤਾਂ ਪਿੱਛੋਂ ਬਹੁਤ ਬੰਦ ਹੋ ਗਿਆ, ਦਰਖਤ ਉੱਗ ਪਏ। ਮੈਂ ਕਿਹਾ ਚੱਕੋ ਬਜਟ, ਉਹਨੂੰ ਚਲਾਓ। ਵੀਰੋ ਜਿੱਦੇ ਸਰਕਾਰ ਸੰਭਾਲੀ ਸੀ, 21% ਪਾਣੀ ਨਹਿਰਾਂ ਨੂੰ ਜਾਂਦਾ ਸੀ, ਨਹਿਰਾਂ ਦਾ ਜਿਹੜਾ ਖੇਤਾਂ ਨੂੰ ਜਾਂਦਾ ਸੀ, ਅੱਜ 59% ਪਾਣੀ ਖੇਤਾਂ ਦਾ ਜਿਹੜਾ ਸਿੰਚਾਈ ਦਾ ਸਾਧਨ ਬਣ ਰਿਹਾ, ਨਹਿਰਾਂ ਦਾ ਪਾਣੀ। ਵੀਰੋ ਅਗਲੇ ਅਕਤੂਬਰ 'ਚ, ਐਸੇ ਅਕਤੂਬਰ 'ਚ 70% 'ਤੇ ਪਹੁੰਚ ਜਾਂਗੇ। ਹਰ ਰੋਜ਼ 13 ਕਿਲੋਮੀਟਰ ਪਾਈਪ ਲਾਈਨ ਪੈ ਰਹੀ ਹੈ, ਐਵਰੇਜ ਕੱਢੀਏ ਜੇ। ਵੀਰੋ ਜਿੱਦੇ 70% 'ਤੇ ਪਹੁੰਚ ਗਿਆ, 14.5 ਲੱਖ ਟਿਊਬਵੈੱਲ ਹੈ ਪੰਜਾਬ 'ਚ, ਉਹਦੇ 'ਚੋਂ 6 ਲੱਖ ਤੋਂ ਵੱਧ ਟਿਊਬਵੈੱਲ ਬੰਦ ਹੋ ਜਾਣਗੇ, ਕਿਉਂਕਿ ਫਿਰ ਟਿਊਬਵੈੱਲ ਕਿਉਂ ਚਲਾਉਣਾ ਜਦੋਂ ਕੱਸੀ ਦਾ ਹੀ ਪਾਣੀ ਆ ਗਿਆ। ਸੋ ਵੀਰੋ ਆਉਣ ਵਾਲੇ ਦਿਨਾਂ 'ਚ ਪੰਜਾਬ ਦੀ ਤਰੱਕੀ ਦੇ ਕਈ ਅੰਕੜੇ ਗਿਣਾਊਂਗਾ। ਇੱਕ ਤਾਂ ਮੈਂ ਅੱਜ ਹੀ ਦੱਸ ਦਿੰਦਾ, ਪੂਸਾ 44, ਪੂਸਾ 44 ਦੀ ਮੈਂ ਪਿਛਲੇ ਵਾਰ ਬੇਨਤੀ ਕੀਤੀ ਸੀ ਕਿ ਇਹਨੂੰ ਨਾ ਲਾਓ, ਇਹ 152 ਤੋਂ 155 ਦਿਨ ਲੈਂਦੀ ਹੈ ਪੱਕਣ ਨੂੰ। ਇਹਦੀ ਥਾਂ 'ਤੇ PR 126 ਲਾਓ, ਸਰਕਾਰ ਚੱਕੂਗੀ। PR 127 ਲਾਓ, 28 ਲਾਓ, 29, 30, 4 ਕਿਸਮਾਂ ਕੱਢੀਆਂ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ, ਉਹ 92 ਦਿਨਾਂ 'ਚ ਪੱਕਦੀਆਂ ਨੇ, 90 ਤੋਂ 92 ਦਿਨਾਂ 'ਚ। ਵੀਰੋ 33% ਲੋਕਾਂ ਨੇ ਮੇਰੀ ਬੇਨਤੀ ਮੰਨਦੇ ਹੋਏ ਪੂਸਾ ਦੀ ਥਾਂ 'ਤੇ 126 ਲਾਈ ਔਰ 126 ਦਾ ਇੱਕ ਇੱਕ ਦਾਣਾ ਚੱਕਿਆ। ਤਾਂ ਅੰਗਰੇਜ਼ੀ ਦੇ ਅਖ਼ਬਾਰ ਨੇ, ਟਾਈਮਸ ਆਫ ਇੰਡੀਆ ਸਾਰੇ ਦੇਸ਼ 'ਚ ਬਹੁਤ ਜ਼ਿਆਦਾ ਵੱਡਾ ਅਖ਼ਬਾਰ ਹੈ, ਉਹਨੇ ਫਰੰਟ ਪੇਜ 'ਤੇ ਲਾਇਆ ਕਿ ਭਗਵੰਤ ਮਾਨ ਦੀ ਇੱਕ ਬੇਨਤੀ ਨਾਲ ਬਿਜਲੀ ਬੋਰਡ ਦਾ 470 ਕਰੋੜ ਰੁਪਇਆ ਬਚ ਗਿਆ। 5 ਬਿਲੀਅਨ ਕਿਊਬਿਕ ਮੀਟ੍ਰਿਕ ਪਾਣੀ ਧਰਤੀ ਦੇ ਵਿੱਚ ਬਚ ਗਿਆ ਵੀਰੋ, ਇੰਨਾ ਫਾਇਦਾ ਹੋ ਗਿਆ ਇਕੱਲੀ ਇੱਕ ਬੇਨਤੀ 'ਤੇ। ਮੈਂ ਬਹੁਤ ਧੰਨਵਾਦ ਕਰਦਾ ਮੇਰੀ ਇੱਕ ਬੇਨਤੀ 'ਤੇ। ਅਤੇ ਹੁਣ ਪੂਸਾ 44 ਵਾਰ ਮੈਂ ਤੁਹਾਨੂੰ ਕਹਿਣਾ ਇਹਨੂੰ ਬੀਜੋ ਹੀ ਨਾ, ਕਿਉਂਕਿ ਹੁਣ ਪਨੀਰੀਆਂ ਲਾਉਣੀਆਂ ਨੇ, ਪੂਸਾ 44 ਨਾ ਬੀਜੋ। ਜੇ ਕਿਸੇ ਦੇ ਘਰੇ ਬੀ ਪਿਆ, ਕਿਰਪਾ ਕਰਕੇ ਉਹਦੀ ਥਾਂ 'ਤੇ PR 126 ਲਾਓ, 27 ਲਾਓ, 28 ਲਾਓ, 29 ਲਾਓ। ਇੱਕ ਇੱਕ ਦਾਣਾ ਚੱਕੂਗਾ, ਇੱਕ ਇੱਕ ਦਾਣਾ ਚੱਕੂਗਾ। ਡਾਲਾ ਖੋਲਣ ਤੋਂ ਬਾਅਦ ਟਰਾਲੀ ਘਰੇ ਪਹੁੰਚੂਗੀ ਤਾਂ ਤੁਹਾਡੇ ਬੈਂਕ 'ਚ ਖਾਤੇ 'ਚ ਪੈਸੇ ਆ ਜਾਣਗੇ, ਇਹ ਵੀ ਮੈਂ ਵਾਅਦਾ ਕਰਾਂ। ਸੋ ਉਹਦੇ ਨਾਲ ਪਰਾਲੀ ਵੀ ਬਚਦੀ ਹੈ,
ਕਿਉਂਕਿ ਪੂਸਾ ਦਾ ਜਿਹੜੀ ਕੱਦ ਹੈ ਉਹ ਵੱਡਾ ਹੈ, ਪਰਾਲੀ ਵੱਧ ਹੈ, 126 ਦੀ ਘੱਟ ਹੈ, ਝਾੜ ਉਨਾ ਹੀ ਨਿਕਲਦਾ। ਕੱਸੀਆਂ ਦਾ ਪਾਣੀ, ਸੂਹਿਆਂ ਦਾ ਪਾਣੀ, ਰਜਵਾਹਿਆਂ ਦਾ ਪਾਣੀ ਲੱਗ ਗਿਆ ਪਹੁੰਚਣ, ਪਿੰਡਾਂ 'ਚ ਆਉਣ ਲੱਗ ਗਿਆ ਪਾਣੀ। ਮੈਂ ਵੀ ਪਹਿਲਾਂ ਕਿਹਾ, ਮੈਂ ਕਿਹਾ ਸਾਡੇ ਪਿੰਡ ਜਿਹੜੀ ਕੱਸੀ ਹੁੰਦੀ ਸੀ, ਜਿਹੜੀ ਕੱਸੀ 'ਚ ਨਹਾਉਂਦੇ ਹੁੰਦੇ ਸੀ, ਮੈਂ ਅਫਸਰਾਂ ਨੂੰ ਕਿਹਾ, ਮੇਰੀ ਮਾਂ, ਮੇਰੀਆਂ ਚਾਚੀਆਂ ਤਾਈਆਂ ਉੱਥੇ ਥਾਪੀ ਨਾਲ ਕੱਪੜੇ ਧੋਂਦੀਆਂ ਹੁੰਦੀਆਂ ਸੀ, ਅਸੀਂ ਕੱਸੀ 'ਚ ਨਹਾਉਂਦੇ ਹੁੰਦੇ ਸੀ, ਉਹ ਕਿੱਧਰ ਗਈਆਂ? ਕਹਿੰਦੇ ਜੀ ਉਹ ਤੋਂ ਪਤਾ ਨਹੀਂ, ਗਾਇਬ ਹੋ ਗਏ। ਮੈਂ ਕਿੱਧਰ ਗਈਆਂ? ਲੱਭੋ ਕੱਸੀਆਂ ਲੱਭੀਆਂ, ਉਹਨ ਥਾਂ 'ਤੇ ਪਾਈਪਾਂ ਪਾਤੀਆਂ ਥੱਲੋਂ ਦੀ। ਮੈਂ ਕਿਹਾ ਸ਼ੇਰੋਂ ਵਾਲਾ ਸੂਆ ਚੀਮਿਆਂ ਵਿੱਚ ਦੀ ਲੰਘਦਾ, ਉਹ ਕਿੱਧਰ ਗਿਆ ਯਾਰ? ਕਹਿੰਦੇ ਉਹ ਤਾਂ ਪਿੱਛੋਂ ਬਹੁਤ ਬੰਦ ਹੋ ਗਿਆ, ਦਰਖਤ ਉੱਗ ਪਏ। ਮੈਂ ਕਿਹਾ ਚੱਕੋ ਬਜਟ, ਉਹਨੂੰ ਚਲਾਓ। ਵੀਰੋ, ਜਿੱਦੇ ਸਰਕਾਰ ਸੰਭਾਲੀ ਸੀ 21% ਮੀਤ ਤਾਂ ਮੰਤਰੀ ਰਿਹਾ ਇਰੀਗੇਸ਼ਨ ਦਾ, ਸਿੰਚਾਈ ਦਾ, ਇਹਨੂੰ ਜ਼ਿਆਦਾ ਪਤਾ। 21% ਪਾਣੀ ਨਹਿਰਾਂ ਨੂੰ ਜਾਂਦਾ ਸੀ, ਨਹਿਰਾਂ ਦਾ ਜਿਹੜਾ ਖੇਤਾਂ ਨੂੰ ਜਾਂਦਾ ਸੀ। 16 ਮਾਰਚ ਨੂੰ ਆਪਾਂ ਸੌਂ ਚੁੱਕੀ ਸੀ, ਉਦੋਂ ਤੱਕ 21% ਪਾਣੀ, ਸਿਰਫ 21% ਪਾਣੀ ਨਹਿਰਾਂ ਦਾ ਖੇਤਾਂ ਨੂੰ ਜਾਂਦਾ ਸੀ। ਅੱਜ 59% ਪਾਣੀ ਖੇਤਾਂ ਦਾ ਜਿਹੜਾ ਸਿੰਚਾਈ ਦਾ ਸਾਧਨ ਬਣ ਰਿਹਾ, ਨਹਿਰਾਂ ਦਾ ਪਾਣੀ। ਵੀਰੋ, ਅਗਲੇ ਅਕਤੂਬਰ 'ਚ, ਐਸੇ ਅਕਤੂਬਰ 'ਚ 70% 'ਤੇ ਪਹੁੰਚ ਜਾਂਗੇ। ਹਰ ਰੋਜ਼ 13 ਕਿਲੋਮੀਟਰ ਪਾਈਪ ਲਾਈਨ ਪੈ ਰਹੀ ਹੈ, ਐਵਰੇਜ ਕੱਢੀਏ ਜੇ। ਵੀਰੋ, ਕੱਸੀਆਂ ਦਾ, ਨਹਿਰਾਂ ਦਾ ਪਾਣੀ ਪਹੁੰਚਣ ਲੱਗ ਗਿਆ। ਤੁਸੀਂ ਵੀਡੀਓ ਦੇਖਦੇ ਹੋਵੋਗੇ, ਲੋਕ ਦੱਸਦੇ 35 ਸਾਲ ਬਾਅਦ ਪਾਣੀ ਦੇਖਿਆ ਜੀ, 40 ਸਾਲ ਬਾਅਦ ਸਾਡੇ ਪਿੰਡ ਪਾਣੀ ਆਇਆ ਜੀ। ਧੰਨਵਾਦ ਜੀ ਭਗਵੰਤ ਮਾਨ ਦਾ ਜੀ। ਵੀਰੋ, ਧੰਨਵਾਦ ਮੇਰਾ ਨਹੀਂ, ਧੰਨਵਾਦ ਤੁਸੀਂ ਆਪਣੇ ਹੀ ਕਰਿਆ ਕਰੋ, ਜਿਨ੍ਹਾਂ ਨੇ ਵੋਟਾਂ ਪਾ ਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ, ਜਿਨ੍ਹਾਂ ਨੇ ਮੈਨੂੰ ਇਹ ਕੰਮ ਦਿੱਤਾ, ਮੇਰੇ ਹੱਥ 'ਚੋਂ ਪੈਨ ਦਿੱਤਾ ਕਿ ਆਪਾਂ ਕੱਸੀਆਂ ਅਤੇ ਨਹਿਰਾਂ ਦਾ ਪਾਣੀ ਚਲਾ ਲਿਆ। ਜਿੱਦੇ 70% 'ਤੇ ਪਹੁੰਚ ਗਿਆ, 14.5 ਲੱਖ ਟਿਊਬਵੈੱਲ ਹੈ ਪੰਜਾਬ 'ਚ, ਉਹਦੇ 'ਚੋਂ 6 ਲੱਖ ਤੋਂ ਵੱਧ ਟਿਊਬਵੈੱਲ ਬੰਦ ਹੋ ਜਾਣਗੇ, ਕਿਉਂਕਿ ਫਿਰ ਟਿਊਬਵੈੱਲ ਕਿਉਂ ਚਲਾਉਣਾ ਜਦੋਂ ਕੱਸੀ ਦਾ ਹੀ ਪਾਣੀ ਆ ਗਿਆ। ਵੀਰੋ, ਜਦੋਂ 6 ਲੱਖ ਟਿਊਬਵੈੱਲ ਬੰਦ ਹੋ ਗਏ ਤਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਜੋ ਗੁਰੂ ਸਾਹਿਬ ਨੇ ਜੋ 5 ਸਦੀਆਂ ਪਹਿਲਾਂ ਕਹਿਤਾ ਸੀ, ਉਹ ਬਚਨ 'ਤੇ ਵੀ ਆਪਾਂ ਪੂਰੇ ਉਤਰ ਜਾਂਗੇ, ਗੁਰੂਆਂ ਦਾ ਆਸ਼ੀਰਵਾਦ ਮਿਲੂਗਾ। ਅਤੇ ਨਾਲ ਮੇਰਾ 6 ਤੋਂ 7 ਹਜ਼ਾਰ ਕਰੋੜ ਰੁਪਈਆ ਜਿਹੜਾ ਬਿਜਲੀ ਦੀ ਸਬਸਿਡੀ ਜਾਂਦੀ ਹੈ, ਜੋ ਝੋਨਾ ਲਾਉਣ ਵੇਲੇ ਬਿਜਲੀ ਮੁਫ਼ਤ ਦਿੰਦੇ ਹਾਂ, ਉਹ ਬਚ ਜੂਗਾ। ਅਤੇ ਵੀਰੋ, ਹਿਸਾਬ ਕਿਤਾਬ ਲਾਏ ਪਏ ਨੇ, 5,000 ਤੋਂ 5,500 ਕਰੋੜ ਰੁਪਈਆ ਲੱਗੂਗਾ, ਅਤੇ ਇੰਨਾ ਮੈਂ ਜੇ ਬਚਾ ਲਿਆ ਹਰੇਕ ਸਾਲ 'ਚ, ਸਭ ਤੋਂ ਪਹਿਲਾਂ ਗਰੰਟੀ ਉਹ ਪੂਰੀ ਕਰੂੰ ਜਿਹਦੇ ਨਾਲ ਬਹੁਤ ਜ਼ਿਆਦਾ ਦੁਆਵਾਂ ਅਤੇ ਆਸ਼ੀਰਵਾਦ ਮਿਲਣਗੇ। ਮਾਵਾਂ ਭੈਣਾਂ ਨੂੰ ਜਿਹੜਾ 1,000 ਰੁਪਇਆ ਮਹੀਨਾ ਦੇਣਾ, ਉਹ ਲਾਗੂ ਕਰ ਦੂੰਗਾ ਜੀ ਮੈਂ। ਵੀਰੋ, ਜੇ ਮੈਂ ਵੋਟਾਂ ਵਾਸਤੇ ਕਰਨਾ ਹੁੰਦਾ ਜਾਂ ਮੈਂ ਵੋਟ ਬੈਂਕ ਦੀ ਰਾਜਨੀਤੀ ਕਰਨੀ ਹੁੰਦੀ, ਮੈਂ ਕਹਿ ਦਿੰਦਾ ਚਲੋ ਐਂ ਕਰਦੇ ਹਾਂ, 1 ਫਰਵਰੀ 2 ਮਾਰਚ ਤੋਂ 1,000 ਰੁਪਇਆ ਮਹੀਨਾ ਦੇਣ ਲੱਗ ਜਾਂਦੇ ਹਾਂ, ਵੋਟਾਂ ਤੋਂ ਬਾਅਦ ਬੰਦ ਕਰ ਦਾਂਗੇ ਸਕੀਮ। ਮੈਂ ਵੀ ਕਰ ਸਕਦਾ ਸੀ, ਪਰ ਨਹੀਂ, ਮੈਨੂੰ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਹੋਇਆ ਕਿ ਜਿਹੜਾ ਵਾਅਦਾ ਕੀਤਾ ਉਹਨੂੰ ਪੂਰਾ ਕਰਨਾ ਲੰਬੇ ਸਮੇਂ ਵਾਸਤੇ। ਬਿਜਲੀ ਦੇ ਬਿੱਲ ਅੱਜ 0 ਆਉਂਦੇ ਨੇ, ਇਹ ਤਾਂ ਨਹੀਂ ਹੈਗਾ ਕਿ ਕੋਈ ਬਿਜਲੀ ਦਾ ਬਿੱਲ ਵਿਚਾਲੋਂ ਬੰਦ ਕਰਤਾ ਵੀ ਹੁਣ ਆਇਆ ਕਰਨਗੇ, ਉਹ ਐਂ ਆਉਂਦੇ ਰਹਿਣਗੇ, ਕਿਉਂਕਿ ਮੈਂ ਪੂਰੇ ਪਲੈਨਿੰਗ ਨਾਲ ਉਹ ਬਿੱਲਾਂ ਦਾ ਜਿਹੜਾ ਬਜਟ ਬਣਾਇਆ ਹੋਇਆ ਬਿਲਕੁਲ ਇਸੇ ਤਰ੍ਹਾਂ। ਬਸ ਅਗਲੇ ਥੋੜ੍ਹੇ ਸਮੇਂ 'ਚ ਹੀ ਵੀਰੋ ਮਾਵਾਂ ਭੈਣਾਂ ਦਾ 1,000 ਰੁਪਏ ਵਾਲਾ ਸਕੀਮ ਸ਼ੁਰੂ ਹੋਊਗੀ, ਫਿਰ ਦੁਬਾਰੇ ਬੰਦ ਨਹੀਂ ਹੋਊਗੀ, ਉਹ ਹਰੇਕ ਮਹੀਨੇ ਮਿਲਿਆ ਕਰਨਗੇ, ਉਹ ਹਰੇਕ ਮਹੀਨੇ ਮਿਲਿਆ ਕਰਨਗੇ, ਜੋ ਸਨਮਾਨ ਦੀ ਰਾਸ਼ੀ ਹੈ। ਹਾਲਾਂਕਿ ਵਾਅਦਾ 5 ਸਾਲ 'ਚ ਪੂਰਾ ਕਰਨ ਦੀ ਗਰੰਟੀ ਦਿੱਤੀ ਸੀ, ਪਰ ਅਸੀਂ ਪਹਿਲਾਂ ਹੀ ਕਰਾਂਗੇ। ਜਿਸ ਤਰ੍ਹਾਂ ਮੀਤ ਨੇ ਕਿਹਾ, ਕਈ ਵਾਅਦੇ ਤਾਂ ਇਹੋ ਜਿਹੇ ਪੂਰੇ ਕਰਤੇ ਜਿਹਦੇ ਬਾਰੇ ਤੁਸੀਂ ਸੋਚਿਆ ਹੀ ਨਹੀਂ ਸੀਗਾ। ਅੱਜ ਅਖਬਾਰ ਦੇ ਵਿੱਚ ਛਪਿਆ, ਅੱਜ ਹਿੰਦੀ ਦੇ ਇੱਕ ਅਖਬਾਰ ਛਪਿਆ, ਦੇਸ਼ ਦਾ ਵੱਡਾ ਅਖਬਾਰ ਹੈ, ਉਹ ਕਹਿੰਦਾ
ਕਿ SSF ਕਰਕੇ, ਸੜਕ ਸੁਰੱਖਿਆ ਫੋਰਸ ਕਰਕੇ 5800 ਜ਼ਖਮੀਆਂ ਦੀ ਜਾਨ ਬਚ ਗਈ 3 ਮਹੀਨਿਆਂ 'ਚ, 90 ਦਿਨਾਂ 'ਚ 5800। ਇਹ ਪੁੰਨ ਦਾ ਕੰਮ ਹੈ ਵੀਰੋ। ਅੱਜ ਦੇ ਜ਼ਮਾਨੇ 'ਚ ਭਾਈ ਭਾਈ ਦਾ ਵੈਰੀ ਹੋਇਆ ਪਿਆ, ਇੱਥੇ ਪੁੱਤ ਪਿਓ ਦੇ ਕਤਲ ਕਰੀ ਜਾਂਦੇ ਆ, ਉੱਥੇ ਕਿਸੇ ਦੀ ਜਾਨ ਬਚਾਉਣੀ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ, ਪੁੰਨ ਦਾ ਕੰਮ ਹੈ। ਮੈਂ ਦਿੱਲੀ, ਮੈਂ ਗੁਜਰਾਤ ਜਾ ਰਿਹਾ ਸੀ ਪਰਸੋਂ, ਤਾਂ ਮੈਂ ਦਿੱਲੀ ਤੋਂ ਇੱਥੋਂ ਚੰਡੀਗੜ੍ਹ ਤੋਂ ਦਿੱਲੀ ਜਾ ਰਿਹਾ ਸੀ ਜਹਾਜ਼ ਦੇ ਵਿੱਚ। ਇੱਕ ਪਰਿਵਾਰ ਮਿਲਿਆ ਮੈਨੂੰ, ਇੱਕ ਕੁੜੀ ਸੀ, ਇੱਕ ਉਹਦੀ ਮਾਂ ਸੀ, ਇੱਕ ਉਹਦੀ ਦਾਦੀ ਸੀ 70 ਸਾਲ ਦੀ, ਇੱਕ ਉਹਦਾ ਭਾਈ ਸੀ ਅਤੇ ਇੱਕ ਉਹਦੀ ਭਰਜਾਈ ਸੀ। ਚੂੜਾ ਪਾਇਆ ਹੋਇਆ ਸੀ, ਨਵਾਂ ਵਿਆਹ ਹੋਇਆ ਹੋਣਾ। ਉਹ ਕੁੜੀ ਮੈਨੂੰ ਕਹਿੰਦੀ, ਅੱਜ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੈ ਮਾਨ ਸਾਹਿਬ, ਤੁਹਾਡੇ ਕਰਕੇ। ਮੈਂ ਕਿਹਾ ਜੀ ਮੈਂ ਤਾਂ ਤੁਹਾਨੂੰ ਜਾਣਦਾ ਵੀ ਨਹੀਂ, ਮੈਂ ਕੀ ਕਰਤਾ ਦੱਸੋ। ਕਹਿੰਦੇ ਤੁਸੀਂ ਮੈਨੂੰ ਪਟਵਾਰੀ ਭਰਤੀ ਕਰ ਲਿਆ, ਨਿਯੁਕਤੀ ਪੱਤਰ ਸਾਨੂੰ ਮਿਲ ਗਏ, ਟ੍ਰੇਨਿੰਗ ਸਾਡੀ ਚੱਲ ਰਹੀ ਹੈ, ਤੁਸੀਂ ਟ੍ਰੇਨਿੰਗ ਦੀ ਵੀ ਤਨਖਾਹ ਦੇਣ ਲੱਗ ਗਏ। ਮੈਨੂੰ ਪਹਿਲੀ ਤਨਖਾਹ ਮਿਲੀ ਹੈ 20 ਦਿਨ ਪਹਿਲਾਂ ਵੀਰੋ। ਉਹ ਕਹਿੰਦੀ ਮੈਂ ਆਪਣੇ ਪਰਿਵਾਰ ਨਾਲ ਵਾਅਦਾ ਕੀਤਾ ਸੀ ਜਿੱਦਣ ਸਰਕਾਰੀ ਨੌਕਰੀ ਦੀ ਪਹਿਲੀ ਤਨਖਾਹ ਮਿਲੂਗੀ, ਮੈਂ ਆਪਣੀ ਦਾਦੀ ਸਮੇਤ ਸਾਰੇ ਪਰਿਵਾਰ ਨੂੰ ਜਹਾਜ਼ ਦਾ ਝੂਟਾ ਦਵਾਉਂਗੀ। ਅੱਜ ਮੈਂ ਦਿੱਲੀ ਲੈ ਕੇ ਚੱਲੀ ਹਾਂ। ਏਡੀਆਂ ਛੋਟੀਆਂ ਛੋਟੀਆਂ ਖੁਸ਼ੀਆਂ, ਇਹ ਪਹਿਲਾਂ ਕਿੱਧਰ ਗਈਆਂ ਸੀ ਖੁਸ਼ੀਆਂ? ਇਹ ਸਾਡੇ ਤੋਂ ਖੁਸ਼ੀਆਂ ਖੋਹ ਲਈਆਂ ਸੀ, ਸੱਥਾਂ 'ਚੋਂ ਰੌਣਕਾਂ ਚਲੀਆਂ ਗਈਆਂ ਸੀ, 25-25, 30-30 ਸਾਲ ਦੇ ਜਵਾਕਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ, ਚਿੰਤਾ ਚਿਖਾ ਸਮਾਨ ਕਿ ਕੀ ਕਰਾਂਗੇ ਯਾਰ, ਕਿੱਧਰ ਜਾਵਾਂਗੇ। ਜਿਹੜਾ ਵਿੱਤ ਮੰਤਰੀ ਸੀ ਉਹ ਰੋਜ਼ ਬਿਆਨ ਦਿੰਦਾ ਸੀ ਖਜ਼ਾਨਾ ਖਾਲੀ, ਖਜ਼ਾਨਾ ਖਾਲੀ। ਫਿਰ ਮੁੰਡੇ ਕੁੜੀਆਂ ਭੱਜਣ ਲੱਗ ਗਏ ਇੱਥੋਂ, ਚਲੋ ਕੈਨੇਡਾ, ਚਲੋ ਆਸਟ੍ਰੇਲੀਆ। ਨਾ ਵੀਰੋ, 2.5 ਸਾਲ ਹੋ ਗਏ ਮੇਰੇ ਮੂੰਹੋਂ ਕਦੇ ਸੁਣਿਆ ਕਿ ਖਜ਼ਾਨਾ ਖਾਲੀ ਹੈ? ਵਿੱਤ ਮੰਤਰੀ ਬੈਠਾ, ਕਦੇ ਇਹਨੇ ਕਿਹਾ ਕਿ ਖਜ਼ਾਨਾ ਖਾਲੀ ਹੈ? ਖਜ਼ਾਨਾ ਵੀ ਭਰਾਂਗੇ, ਨੌਕਰੀਆਂ ਵੀ ਦੇਵਾਂਗੇ, ਬਿਜਲੀ ਫ੍ਰੀ ਦੇਵਾਂਗੇ, ਹਸਪਤਾਲ ਮੁਹੱਲਾ ਕਲੀਨਿਕ ਬਣਾਵਾਂਗੇ, ਸਕੂਲ ਬਣਾਵਾਂਗੇ, ਅਤੇ ਨਾਲੇ ਖਜ਼ਾਨਾ ਨਹੀਂ ਖਾਲੀ ਹੋਣ ਦਿੰਦੇ। ਇਹ ਤਰੀਕਾ ਹੁੰਦਾ ਕਿ ਚਲਾਉਣ ਦਾ, ਉਹੀ ਉਹੀ ਖੰਭੇ ਨੇ, ਉਹੀ ਤਾਰਾਂ ਨੇ, ਉਹੀ ਜੈਂਪਰ ਨੇ, ਉਹੀ ਗ੍ਰਿੱਡ ਨੇ, ਉਹੀ ਟਰਾਂਸਫਾਰਮਰ ਨੇ। ਹੁਣ ਬਿਜਲੀ ਕਿਵੇਂ ਆਉਂਦੀ ਹੈ ਬਈ, ਨਾਲੇ ਦਿਨੇ ਕਿਵੇਂ ਆਉਂਦੀ ਹੈ ਹੁਣ? ਮੈਂ ਕਿਹਾ ਪੂਰੀ, ਮੈਂ ਬਿਜਲੀ ਦੇ ਅਫਸਰਾਂ ਨੂੰ ਬੁਲਾਇਆ, ਮੈਂ ਕਿਹਾ ਪੂਰੀ ਦੁਨੀਆ ਦੇ ਦਫ਼ਤਰ ਦਿਨੇ ਖੁੱਲਦੇ ਆ ਯਾਰ, ਅਤੇ ਕਿਸਾਨ ਦਾ ਦਫ਼ਤਰ 2:30 ਵਜੇ ਰਾਤ ਨੂੰ ਕਿਉਂ ਖੋਲਦੇ ਹੁੰਦੇ ਹੋ? ਰਾਤ ਨੂੰ 2:30 ਵਜੇ ਆਊਗੀ ਜੀ ਲਾਈਟ, ਨਾ ਪਹਿਲਾਂ ਸੌਂ ਸਕਦੇ ਨਾ ਬਾਅਦ ਸੌਂ ਸਕਦੇ ਆ। ਮੈਂ ਕਿਹਾ ਦਿਨੇ ਬਿਜਲੀ ਦਿਓ, ਅਸੀਂ ਦਿਨੇ ਬਿਜਲੀ ਦਿੰਦੇ ਹਾਂ, ਆਮ ਬਿਜਲੀ ਦਿੰਦੇ ਹਾਂ, ਜਦੋਂ ਮਰਜ਼ੀ ਸੁੱਚ ਦੱਬ ਲਿਓ, ਬਰਸੀਨ ਵਾਸਤੇ ਚਾਹੇ ਪੌਦ ਵਾਸਤੇ ਹੁਣ ਦੇਵਾਂਗੇ ਵੀਰੋ। ਨਾਲ ਨਾਲ ਰਾਤ ਨੂੰ ਅਸੀਂ ਬਿਜਲੀ ਵੇਚਦਾ ਪੰਜਾਬ, ਤੁਹਾਨੂੰ ਸੁਣ ਕੇ ਖੁਸ਼ੀ ਹੋਊਗੀ। 1 ਮਾਰਚ ਤੋਂ ਲੈ ਕੇ 5 ਤੱਕ, ਕੱਲ੍ਹ ਤੱਕ ਦਾ ਰਿਪੋਰਟ ਕਾਰਡ ਹੈ ਮੇਰੇ ਕੋਲੇ, 1 ਮਾਰਚ ਤੋਂ ਲੈ ਕੇ 5 ਮਈ ਤੱਕ ਪੰਜਾਬ ਨੇ ਮਹਾਰਾਸ਼ਟਰ ਨੂੰ, ਕਰਨਾਟਕਾ ਨੂੰ ਅਤੇ ਆਂਧਰਾ ਨੂੰ 250 ਕਰੋੜ ਰੁਪਏ ਦੀ ਬਿਜਲੀ ਵੇਚੀ ਹੈ ਵੀਰੋ, ਨਾਲੇ ਪੈਸੇ ਕਮਾ ਰਹੇ ਹਾਂ, ਰਾਤ ਨੂੰ ਉਹਨਾਂ ਨੂੰ ਬਿਜਲੀ ਵੇਚਦੇ ਹਾਂ ਵੀਰੋ। ਇਹ ਤਾਂ ਘਰ ਚੱਲਦਾ ਹੁੰਦਾ, ਜਿਹੜਾ ਵਧੀਆ ਲਾਣੇਦਾਰ ਹੁੰਦਾ ਉਹ ਘਰ ਵੀ ਤਰੱਕੀ 'ਤੇ ਲੈ ਕੇ ਜਾਂਦਾ ਅਤੇ ਘਰ 'ਚ ਖੁਸ਼ੀਆਂ ਵੀ ਲਿਆਉਂਦਾ ਅਤੇ ਕਰਜ਼ਾ ਵੀ ਨਹੀਂ ਚੜ੍ਹਨ ਦਿੰਦਾ। ਸੋ ਤੁਸੀਂ ਮੈਨੂੰ ਮੌਕਾ ਦਿੱਤਾ ਹੋਇਆ, ਤੁਹਾਡੇ ਨਾਲ ਖੜਾਂਗੇ। ਦਲਿਤਾਂ ਗਰੀਬਾਂ ਵਾਸਤੇ ਬਹੁਤ ਸਾਰੀਆਂ ਸਕੀਮਾਂ ਨੇ ਵੀਰੋ। ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀ, ਅਸੀਂ ਹੁਕਮ ਕਰਤਾ ਪੁਰਾਣੇ ਰਾਸ਼ਨ ਕਾਰਡ ਦੀ ਜਿਹਨਾਂ ਦੇ ਬਣੇ ਹੋਏ ਸੀ ਉਹਨਾਂ ਨੂੰ ਵੀ ਰਾਸ਼ਨ ਮਿਲੂਗਾ, ਘਰ ਘਰ ਜਾ ਕੇ ਉਹਨਾਂ ਦੀ ਜਿਹੜੀ ਦੇਹਲੀ ਆ, ਦੇਹਲੀ 'ਤੇ ਜਾ ਕੇ ਰਾਸ਼ਨ ਮਿਲੂਗਾ। ਅਤੇ ਰਾਸ਼ਨ ਕਿਹੜਾ ਮਿਲੂਗਾ? ਜਿਹੜੀ ਆ ਕਣਕ ਹੁਣ ਆਈ ਹੈ, ਆ ਜਿਹੜੀ ਕਣਕ ਹੁਣ ਆਈ ਹੈ ਮੰਡੀਆਂ 'ਚ, ਇਸੇ ਕਣਕ ਦਾ ਆਟਾ ਜਾਂ ਫਿਰ ਇਹੀ ਕਣਕ, ਇਹ ਤੁਹਾਡੇ 'ਤੇ ਆ ਕੇ ਕਣਕ ਲੈਣੀ ਹੈ ਜਾਂ ਆਟਾ, ਇਹ ਤੁਹਾਡੇ ਘਰਾਂ 'ਚ, ਦਲਿਤਾਂ ਗਰੀਬਾਂ ਦੇ ਘਰਾਂ 'ਚ ਰਾਸ਼ਨ ਵਾਸਤੇ, ਰੋਟੀ ਪਕਾਉਣ ਵਾਸਤੇ ਮਿਲੂਗਾ। ਜਿਹੜੇ ਘਰ, ਜਿਹੜੇ ਮੁੱਖ ਮੰਤਰੀ ਦੇ ਘਰੇ ਜਿਹੜੇ ਕਣਕ ਦਾ ਆਟਾ ਪੀਹਾ ਜਾਂਦਾ,
ਜਿਹੜੇ ਆਟੇ ਦੀ ਰੋਟੀ ਮੁੱਖ ਮੰਤਰੀ ਦੇ ਘਰੇ ਜਾਂ ਸਾਡੇ ਮੰਤਰੀਆਂ ਦੇ ਘਰੇ ਬਣਦੀ ਹੈ, ਉਹੀ ਗਰੀਬਾਂ ਦੇ ਘਰਾਂ 'ਚ ਬਣੂਗੀ। ਅਸੀਂ ਕੋਈ ਸੁਸਰੀ ਲੱਗੀ ਹੋਈ ਕਣਕ ਜਾਂ ਮਿੱਟੀ ਵਾਲੀ ਜਿਹਨੂੰ ਡੰਗਰ ਵੀ ਨਹੀਂ ਖਾਂਦੇ, ਉਹ ਕਣਕਾਂ ਨਹੀਂ ਵੰਡਣੀਆਂ। ਗੈਰ ਮਨੁੱਖੀ ਵਿਹਾਰ ਨਹੀਂ ਕਰਨਾ ਵੀਰੋ। ਦਲਿਤਾਂ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾ ਦਈਏ, ਉਹ ਗਰੀਬੀ ਚੱਕ ਦੇਣਗੇ। ਆਹ ਸਕੂਲ ਜਿਹੜੇ ਬਣਾਏ ਨੇ, ਦਲਿਤਾਂ ਗਰੀਬਾਂ ਦੇ ਬੱਚੇ ਪੜ੍ਹ ਰਹੇ ਆ, ਫਸਟ ਆ ਰਹੇ ਆ। ਦਿੱਲੀ ਦੇ ਵਿੱਚ ਵੀ ਇੱਦਾਂ ਹੋਇਆ, ਵਕੀਲ ਬਣ ਰਹੇ ਨੇ, JET ਦੇ ਐਗਜ਼ਾਮ, ETE ਜਿਹੜਾ UPSC ਦੇ ਐਗਜ਼ਾਮ ਕਲੀਅਰ ਕਰ ਰਹੇ ਆ ਆਪਣੇ। 158 ਬੱਚੇ ਪਹਿਲੀ ਵਾਰ ਹੋਇਆ, 158 ਸਰਕਾਰੀ ਸਕੂਲਾਂ ਦੇ ਬੱਚਿਆਂ ਨੇ JET ਦਾ ਮੇਨ ਦਾ ਟੈਸਟ ਕਲੀਅਰ ਕਰ ਲਿਆ। ਵੀਰੋ ਵੱਡੇ ਵੱਡੇ ਅਫਸਰ ਬਣਨਗੇ ਗਰੀਬਾਂ ਦੇ ਜਵਾਕ।